ਸਰਹੰਦ ਸ਼ਹਿਰ ਵਿਖੇ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੱਸਣਯੋਗ ਹੈ ਕਿ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਦੁਕਾਨ ਦੇ ਅੰਦਰ ਪਿਆ ਲੱਖਾਂ ਰੁਪਇਆਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਰਹੰਦ ਫਾਇਰ ਗੇਟ ਦੀ ਟੀਮ ਮੌਕੇ ਉੱਤੇ ਪਹੁੰਚੀ, ਜਿਸ ਨੇ ਅੱਗ ਦੇ ਉੱਤੇ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਦੁਕਾਨਦਾਰ ਮਹੇਸ਼ ਸੂਦ ਨੇ ਦੱਸਿਆ ਕਿ ਬਿਜਲੀ ਦੇ ਵਿੱਚ ਸ਼ੋਰਟ ਸਰਕਟ ਹੋਣ ਦੀ ਵਜ੍ਹਾ ਨਾਲ ਦੁਕਾਨ ਦੇ ਵਿੱਚ ਅੱਗ ਲੱਗੀ ਹੈ। ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਹਨਾਂ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ ਅਤੇ ਉਹ ਮੰਗ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਮਦਦ ਕਰੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੇਰਾ ਨਾਮ ਮਹੇਸ਼ ਸੂਦ ਹੈ ਜੀ। ਮੇਰੀ ਦੁਕਾਨ 'ਤੇ ਸਾਹਮਣੇ ਬਿਜਲੀ ਸ਼ੋਰਟ ਸਰਕਟ ਨਾਲ ਅੱਗ ਲੱਗੀ ਅਤੇ ਉਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਜਿਹਦੇ ਵਿੱਚ ਮੇਰੇ ਫਰਿੱਜੇ ਫੁੱਕ ਗਏ, ਦਾਲਾਂ ਫੁੱਕ ਗਈਆਂ, ਮੇਰੀਆਂ ਕਰਿਆਨੇ ਦਾ ਸਮਾਨ ਫੁੱਕ ਗਿਆ ਅਤੇ ਮੇਰੀ ਮਸ਼ੀਨ ਫੁੱਕ ਗਈ ਹੈ। ਉਸ ਕਰਕੇ ਬਹੁਤ ਜ਼ਿਆਦਾ ਮੇਰਾ ਨੁਕਸਾਨ ਹੋਇਆ ਜੀ। ਅਤੇ ਮੈਂ ਕਹਿੰਦਾ ਮੇਰੀ ਨੁਕਸਾਨ ਦੀ ਕਿਸੇ ਤਰੀਕੇ ਹੀ ਭਰਪਾਈ ਕੀਤੀ ਹੈ। ਕਿੰਨਾ ਕੁਛ ਕੀ ਕੁਛ ਸੀਗਾ ਜਿਹੜਾ ਨੁਕਸਾਨ ਹੈ? ਨੁਕਸਾਨ ਦੇ ਵਿੱਚ ਦੇਖੋ, ਦੋ ਫਰਿੱਜ ਫੁੱਕ ਗਏ ਜੀ ਮੇਰੇ, ਇੱਕ ਮਸ਼ੀਨ ਫੁੱਕ ਗਈ, ਆਈਸਕ੍ਰੀਮ ਵਾਲੀ ਮਸ਼ੀਨ ਫੁੱਕ ਗਈ, ਜਿਹੜੀ ਕਿ 6-6.5 ਲੱਖ ਸਾਡਾ ਖਰਚ ਹੋ ਗਿਆ। ਅਤੇ ਇੱਕ ਮੇਰੀ ਬਾਕੀ ਕਰਿਆਨੇ ਦਾ ਸਮਾਨ ਪਿਆ ਸੀ, ਸਾਰਾ ਫੁੱਕ ਗਿਆ ਮੇਰੇ ਕੋਲ। ਚਿਪਸ ਵਗੈਰਾ ਪਏ ਸੀ, ਕੁਰਕੁਰੇ ਵਗੈਰਾ ਵੀ, ਲੇਜ਼ ਲੂਜ਼ ਵਗੈਰਾ ਸਾਰਾ ਵਿਕਰੀ, ਆਈਸਕ੍ਰੀਮ ਵੀ ਗਿੰਗਰ ਜੀ ਮੇਰੀ ਸਾਰੀ। ਕਿੰਨੇ ਕੁ ਦਾ ਨੁਕਸਾਨ ਲੱਗ ਗਿਆ? ਨੁਕਸਾਨ ਤਾਂ ਮੇਰਾ ਜੀ ਹੁਣ ਮਸ਼ੀਨ ਦੇ ਹਿਸਾਬ ਨਾਲ ਲੱਗੇ ਫਿਰ ਤਾਂ 10-15 ਲੱਖ ਦਾ ਨੁਕਸਾਨ ਹੋ ਗਿਆ। ਕੀ ਕਾਰਨ ਰਿਹਾ ਅੱਗ ਲੱਗਣ ਦਾ? ਅੱਗ ਲੱਗਣ ਦਾ ਕਾਰਨ ਇਹ ਹੈ, ਸ਼ੋਰਟ ਸਰਕਟ ਹੀ ਹੋਈ ਜੀ। ਹਾਂਜੀ, ਬਿਜਲੀ ਦੇ ਅੰਦਰ ਤੋਂ ਅੰਦਰ ਤੋਂ ਹੀ ਹੋਇਆ ਜੀ। ਕਿਵੇਂ ਅੱਗ ਲੱਗੀ ਸਰ? ਸ਼ੋਰਟ ਸਰਕਟ ਨਾਲ ਲੱਗੀ ਆ। ਕੀ ਕੁਛ ਨੁਕਸਾਨ ਹੋ ਗਿਆ? ਨੁਕਸਾਨ ਹੋ ਗਿਆ ਜੀ, 2 ਮਸ਼ੀਨਾਂ ਆਈਸਕ੍ਰੀਮ ਦੀਆਂ ਫੁੱਕ ਗਈਆਂ ਅਤੇ 4-5 ਡੀ ਫਰਿੱਜ ਫੁੱਕ ਗਏ। ਹੋਰ ਮਾੜਾ ਮੋਟਾ ਹੋਰ ਸਮਾਨ ਸੀ। ਕਿਸ ਚੀਜ਼ ਦੀ ਦੁਕਾਨ? ਇਹ ਆਈਸ ਕਿਊਬ ਦੀ ਮਸ਼ੀਨਾਂ ਲਾਈਆਂ ਹੋਈਆਂ। ਕਰਿਆਨੇ ਦਾ ਸਮਾਨ ਨਹੀਂ? ਕਰਿਆਨੇ ਕੀ ਆਈਸਕ੍ਰੀਮ ਰੱਖੀ ਹੋਈ ਤੀ? ਆਈਸਕ੍ਰੀਮ ਦੀ ਬਾਕੀ 20-40 ਹਜ਼ਾਰ ਦੀ ਆਈਸਕ੍ਰੀਮ। ਟੋਟਲ ਕਿੰਨੇ ਕੁ ਦਾ ਨੁਕਸਾਨ ਹੋ ਗਿਆ? 10-15 ਲੱਖ ਦੇ ਵਿੱਚ ਹੋ ਗਿਆ। ਅੱਗ ਲੱਗਣ ਦਾ ਕਾਰਨ ਲਾਇਆ ਕੁਛ? ਸ਼ੋਰਟ ਸਰਕਟ ਹੀ ਲੱਗਿਆ ਜੀ, ਉਹ ਤਾਂ ਪੁੱਛਣ ਤਾਂ ਇਹੀ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਇੰਨਾ ਨੁਕਸਾਨ ਹੋ ਗਿਆ, ਕੁਛ ਨਾ ਕੁਛ ਹੈਲਪ ਕਰੀ ਜਾਵੇ।